ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਲਿਫਟਿੰਗ ਦੀ ਸੁਸਤ ਚਾਲ ਤੋਂ ਕਿਸਾਨ ਤੇ ਆੜ੍ਹਤੀਏ ਪਰੇਸ਼ਾਨ, ਪ੍ਰਸ਼ਾਸਨ ਦੇ ਖਰੀਦ ਪ੍ਰਬੰਧਾਂ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ। ਇੱਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਜ਼ਿਲ੍ਹੇ ਭਰ ਦੀਆਂ ਦਾਣਾ ਮੰਡੀਆਂ 'ਚ ਖਰੀਦ ਸੰਬੰਧੀ ਸਮੁੱਚੇ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਗਏ ਹਨ, ਪਰੰਤੂ ਜ਼ਮੀਨੀ ਹਕੀਕਤ ਇਹ ਹੈ ਕਿ ਸਰਕਾਰੀ ਪੱਧਰ 'ਤੇ ਖਰੀਦ ਸ਼ੁਰੂ ਹੋਈ ਨੂੰ ਮਹੀਨਾ 'ਚ ਹੀ ਹੋਇਆ ਹੈ, ਪਰ ਮੰਡੀਆਂ 'ਚ ਖਰੀਦ ਸੰਬੰਧੀ ਘਾਟ ਕਾਰਨ ਕਿਸਾਨ, ਆੜ੍ਹਤੀ ਅਤੇ ਮਜ਼ਦੂਰ ਪਰੇਸ਼ਾਨੀ ਦੇ ਆਲਮ 'ਚ ਲੱਗ ਰਹੇ ਹਨ। ਇਸ ਸੰਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸੋਹਣ ਸਿੰਘ ਸਭਰਾ ਨੇ ਕਿਹਾ ਕਿ ਕਿਸਾਨ ਅਤੇ ਆੜ੍ਹਤੀ ਬਹੁਤ ਹੀ ਪਰੇਸ਼ਾਨ ਹਨ। ਪਿੰਡ ਸਭਰਾ ਵਿਖੇ ਲਿਫਟਿੰਗ ਨਾ ਹੋਣ ਕਾਰਨ ਕਣਕ ਦੇ ਅੰਬਾਰ ਲੱਗੇ ਹੋਏ ਹਨ, ਕਿਸਾਨਾਂ ਨੂੰ ਜਿਣਸ ਰੱਖਣ ਲਈ ਥਾਂ ਨਹੀਂ ਮਿਲ ਰਹੀ। ਇਸ ਸੰਬੰਧੀ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸੋਹਣ ਸਿੰਘ ਸਭਰਾ ਨੇ ਕਿਹਾ ਕਿ ਕਿਸਾਨਾਂ ਅਤੇ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ ਜੇਕਰ ਸਰਕਾਰ ਨੇ ਕੱਲ੍ਹ ਤੱਕ ਹੱਲ ਨਾ ਕੀਤੀਆਂ ਤਾਂ ਉਹ ਵੱਡਾ ਐਕਸ਼ਨ ਲੈਣਗੇ। ਹੋ ਸਕਿਆ ਤਾਂ ਰੋਡ ਵੀ ਜਾਮ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਜੀ ਨੇ ਗੱਲ ਕੀਤੀ ਆ, ਇਹ ਵਕਤ ਆੜ੍ਹਤੀਏ ਅਤੇ ਕਿਸਾਨ ਦੋਵੇਂ ਤਰ੍ਹਾਂ ਬਹੁਤ ਜ਼ਿਆਦਾ ਦੁਖੀ ਆ, ਕਿਉਂਕਿ ਨਾ ਤਾਂ ਪੇਮੈਂਟ ਆਈ ਆ ਨਾ ਲਿਫਟਿੰਗ। ਇਹਦੇ 'ਚ ਆੜ੍ਹਤੀਏ ਨੂੰ ਦੋਵਾਂ ਪਾਸੋਂ ਲੇਸ ਲੱਗ ਰਹੀ ਆ। ਜੇ ਲਿਫਟਿੰਗ ਨਹੀਂ ਹੁੰਦੀ ਤਾਂ ਆੜ੍ਹਤੀਏ ਨੂੰ ਸ਼ੋਰਟੇਜ ਦੀ ਵੀ ਬਹੁਤ ਵੱਡਾ ਘਾਟਾ ਪੈਣਾ। ਪਿਛਲੀ ਵਾਰ ਜੇ ਅਸੀਂ ਲਿਫਟਿੰਗ ਖੁਦ ਕਰਾਈ ਸਾਡੇ ਉਹ ਵੀ ਪੈਸੇ ਰਹਿੰਦੇ ਆ, ਹੁਣ ਕਿਸਾਨ ਸਾਡੇ ਗੱਲ ਚੱਕਰ ਮਾਰ ਰਹੇ ਆ ਵੀ ਸਾਡੀਆਂ ਪੇਮੈਂਟਾਂ ਆਉਣ। ਜਿੰਨਾ ਚਿਰ ਸਾਨੂੰ ਪਿੱਛੋਂ ਪੇਮੈਂਟ ਨਹੀਂ ਆਉਂਦੀ ਉਨਾ ਚਿਰ ਅਸੀਂ ਅੱਗੇ ਅਦਾਇਗੀ ਨਹੀਂ ਕਰ ਸਕਦੇ। ਜੇ ਪੇਮੈਂਟ ਸਰਕਾਰ ਕਹਿੰਦੀ ਆ ਵੀ 24 ਘੰਟੇ ਦੇ ਅੰਦਰ ਅੰਦਰ ਪੇਮੈਂਟ ਹੋਵੇ, ਉਹ ਖਬਰ ਹਰ ਕੋਈ ਸੁਣ ਲੈਂਦਾ, ਪਰ ਜਿੰਨਾ ਚਿਰ ਸਾਡੇ ਕੋਲ ਪੈਸੇ ਨਹੀਂ ਆਉਂਦੇ ਤਾਂ ਉਨਾ ਚਿਰ ਕਿਸਾਨ ਨੂੰ ਕਿੱਥੋਂ ਪੇਮੈਂਟ ਮਿਲੂਗੀ। ਇਹ ਕਰਕੇ ਅਸੀਂ ਪ੍ਰਸ਼ਾਸਨ ਨੂੰ ਪੂਰਜ਼ੋਰ ਮੰਗ ਕਰਦੇ ਹਾਂ ਕਿ ਲਿਫਟਿੰਗ ਜਿਹੜੀ ਜਲਦ ਤੋਂ ਜਲਦ ਹੋਣੀ ਚਾਹੀਦੀ ਆ, ਤਾਂ ਕਿ ਕਿਸਾਨ ਅਤੇ ਆੜ੍ਹਤੀਆ ਵਰਗ ਦੋਵੇਂ ਸਹੀ ਸਲਾਮਤ ਸੁਖੀ ਰਹਿਣ, ਨਹੀਂ ਤਾਂ ਕਿਸਾਨੀ ਵੀ ਡੁੱਬਣੀ ਆ ਅਤੇ ਆੜ੍ਹਤੀਆ ਵਰਗ ਵੀ ਡੁੱਬੂਗਾ। ਮੈਂ ਸੋਹਣ ਸਿੰਘ, ਕਿਸਾਨ ਸੰਘਰਸ਼ ਕਮੇਟੀ ਆਗੂ ਪਿੰਡ ਸਭਰਾ, ਆ ਅੱਜ ਜੋ ਆੜ੍ਹਤੀਏ ਅਤੇ ਕਿਸਾਨ ਵੀਰ ਇਕੱਠੇ ਹੋਏ ਆ, ਇਹ ਮੰਡੀ ਦੇ ਸੰਬੰਧ ਵਿੱਚ ਹੋਏ ਆ, ਕਿਉਂਕਿ ਮੰਡੀ ਦੇ ਵਿੱਚ ਅਸੀਂ ਸਭਰਾ ਮੰਡੀ ਦੇ ਵਿੱਚ ਅਜੇ ਤੀਕਰ ਨਾ ਕੋਈ ਲਿਮਟਿੰਗ ਹੋਈ ਆ, ਨਾ ਕੋਈ ਤੀਕਰ ਪੇਮੈਂਟ ਆਈ ਆ। ਇਹ ਜਿਹੜੀ ਦਮਗਜੇ ਮਾਰਨ ਵਾਲੀ ਸਰਕਾਰ ਆਉਂਦੀ ਸੀ ਵੀ ਅਸੀਂ ਮੰਡੀਆਂ ਦੇ ਵਿੱਚ ਦਾਣਾ ਦਾਣਾ ਚੁੱਕਾਂਗੇ ਜਾਂ ਅਸੀਂ ਕੋਈ ਕਿਸਾਨਾਂ ਨੂੰ ਖਰਾਬ ਨਹੀਂ ਹੁੰਦੇ ਆਗੇ, ਅੱਜ ਆ ਰੱਜ ਕੇ ਕਿਸਾਨ ਅਤੇ ਆੜ੍ਹਤੀਏ ਜਿਹੜੇ ਉਹ ਖਰਾਬ ਹੋ ਰਹੇ ਆ। ਇਹ ਮੈਂ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਜਾਂ ਇਹਨੂੰ ਬੇਨਤੀ ਸਮਝ ਲਓ ਜਾਂ ਇਹਨੂੰ ਚੇਤਾਵਨੀ ਸਮਝ ਲਓ, ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਵੀ 1-2 ਦਿਨਾਂ ਦੇ ਵਿੱਚ ਕੱਲ੍ਹ ਤੀਕਰ ਹੀ ਇਹਨਾਂ ਆੜ੍ਹਤੀਆਂ ਦਾ ਅਤੇ ਕਿਸਾਨਾਂ ਦਾ ਕੋਈ ਪ੍ਰਬੰਧ ਕਰਨ, ਨਹੀਂ ਤਾਂ ਅਸੀਂ ਫੌਰੀ ਮੀਟਿੰਗ ਲਾ ਕੇ ਅਤੇ ਇਹ ਤੋਂ ਕੋਈ ਵੱਡਾ ਐਕਸ਼ਨ ਕਰਾਂਗੇ ਜਿਹਦਾ ਪ੍ਰਸ਼ਾਸਨ ਅਤੇ ਸਰਕਾਰ ਜ਼ਿੰਮੇਵਾਰ ਹੋਊਗੀ, ਜਾਂ ਕੋਈ ਰੋਡ ਰੋਕਣਾ ਪਵੇ ਜਾਂ ਕੋਈ ਸਾਨੂੰ ਐਸਲਿੰਗ ਦਾ ਘਰਾਓ ਕਰਨਾ ਪਵੇ। ਮੁੜ ਕੇ ਇਹਦੇ ਵਿੱਚ ਜੋ ਵੀ ਕੋਈ ਸਿੱਟੇ ਨਿਕਲਣਗੇ ਇਹਦੀ ਸਰਕਾਰ ਜ਼ਿੰਮੇਵਾਰ ਹੋਊਗੀ। ਮੈਂ ਇਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਦਾ ਵੀ ਇਹ ਕਿਸਾਨਾਂ ਨੂੰ ਅਤੇ ਆੜ੍ਹਤੀਆਂ ਨੂੰ ਨਾ ਖਰਾਬ ਕਰਨ ਅਤੇ ਇਹਨਾਂ ਦਾ ਮਾਲ ਚੁੱਕ ਕੇ ਆੜ੍ਹਤੀਆਂ ਦਾ ਅਤੇ ਕਿਸਾਨਾਂ ਨੂੰ ਅਜੇ ਤੀਕਰ ਕੋਈ ਪੇਮੈਂਟ ਨਹੀਂ ਮਿਲੀ। ਕਿਸੇ ਨੇ ਕੋਈ ਆਪਦਾ ਖਾਦ ਲਿਆਉਣੀ ਆ, ਕਿਸੇ ਨੇ ਬੀਜ ਲਿਆਉਣਾ, ਕਿਸੇ ਨੇ, ਸਾਰੇ ਕਿਸਾਨ ਅਤੇ ਆੜ੍ਹਤੀਏ ਜਿਹੜੇ ਉਹ ਬੇਹੱਦ ਦੁਖੀ ਆ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਵੀ ਛੇਤੀ ਤੋਂ ਛੇਤੀ ਮਾਲ ਚੁਕਾਇਆ ਜਾਵੇ ਅਤੇ ਛੇਤੀ ਤੋਂ ਛੇਤੀ ਜਿਹੜੀ ਉਹ ਪੇਮੈਂਟ ਕੀਤੀ ਜਾਵੇ, ਨਹੀਂ ਤਾਂ ਇਹਦੇ ਸਿੱਟੇ ਗੰਭੀਰ ਨਿਕਲ ਸਕਦੇ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।